ਮੱਕੇ ਚ ਹੋਟਲ ਦੇ ਪਹੁੰਚਣ ਤੱਕ ਰੋਣ ਦੀਆਂ ਉਸੇ ਵੀਡੀਓ ਦੀ ਸਹੂਲਤ ਕੋਈ ਨਹੀਂ ਸੀ ਜੇ ਹੈ ਵੀ ਸੀ ਤਾਂ ਉੱਥੇ ਮੁਯੱਸਰ ਨਹੀਂ ਸੀ ਤੋ ਬਾਅਦ ਚੋਂ ਦੂਸਰੇ ਦਿਨ ਵੀ ਲੋਕ ਮੇਰੇ ਮੱਕੇ ਚ ਰੋਂਦੇ ਮਿਲੇ ਕਿ ਬਾਬਾ ਜੀ ਫਿਰ ਪਤਾ ਨਹੀਂ ਜ਼ਿੰਦਗੀ ਚ ਮੌਕਾ ਮਿਲੇਗਾ ਮੈਂ ਫਿਰ ਉੱਥੇ ਤਿਆਰ ਕਰ ਲਿਆ ਕਿ ਮੈਂ ਪਾਕ ਰਸੂਲ ਦੀ ਪਾਕ ਜੀ ਦਾ ਇੱਕ ਆਲੀਸ਼ਾਨ ਰੋਜ਼ਾ ਬਣਾਉਂ ਅਗਰ ਮੇਰੀ ਜ਼ਿੰਦਗੀ ਰਹੀ ਸੇਫ ਰਹੀ ਤੋ ਅਲਹਮਦੁਲਿਲਾਹ ਤੁਹਾਡੀਆਂ ਦੁਆਵਾਂ ਨਾਲ ਕਿੰਨੀ ਬਣੀਆਂ ਮੋਟਰਵੇ ਦੇ ਨਾਲ ਹੀ ਮੈਂ ਉਸ ਰੋਜ਼ੇ ਨੂੰ ਮੁਕੰਮਲ ਕਰ ਲਿਆ ਔਰ 18 ਕਰੋੜ ਰੁਪਇਆ ਜਿਹਦੇ 1 ਕਰੋੜ ਰੁਪਇਆ ਮੁਮਿਨ ਔਰ ਜ਼ਾਕਰੀਨ ਦਾ ਹਿੱਸਾ ਹੈ ਉਹਦੇ ਟਰਾਣਾ ਸਾਹਿਬ ਦਾ ਵੀ ਹਿੱਸਾ ਹੈ ਉਹਦੇ ਖਾਨ ਵਸੀਮ ਸਾਹਿਬ ਦਾ ਵੀ ਹਿੱਸਾ ਹੈ ਉਹਦੇ ਸ਼ੌਕਤ ਸਾਹਿਬ ਦਾ ਵੀ ਹਿੱਸਾ ਤੋ ਬਾਕੀ ਤਕਰੀਬਨ 20 ਬਾਗ ਦਾ ਰੋਜ਼ਾ ਮੁਕੰਮਲ ਹੈ ਔਰ ਮੈਂ ਪੈਗਾਮ ਦਿੱਤਾ ਹੈ ਰੋਜ਼ਾ ਬਣਾ ਕੇ ਕਿ ਲੋਕਾਂ ਉਹ ਇਤਨੀ ਵੀ ਬੇਵਾਰਸ ਨਹੀਂ ਇਤਨੀ ਮੈਂ ਵਾਸਤੇ ਬਣਾਈ ਹੈ ਅਗਰ ਤੁਸੀਂ ਮਦੀਨੇ ਜਾਂਦੇ ਵੀ ਹੋ ਤਾਂ ਉੱਥੇ ਜ਼ਿਆਰਤ ਹੈ ਹੀ ਕੋਈ ਨਾ ਕਿ ਜੇ ਹਮਾਰ ਦੀ ਜਗ੍ਹਾ ਹੈ ਉੱਤੇ 3-4 ਪੱਥਰ ਪਏ ਮੈਂ ਇਸ ਨੂੰ ਉਸੇ ਸ਼ਕਲ 'ਚ ਬਣਾਇਆ ਹੈ ਜਿਸ ਸ਼ਕਲ 'ਚ ਵੀ ਬਾਗ ਦਾ ਰੋਜ਼ਾ ਉਹਦੀ ਜ਼ਿਆਰਤ ਕਰੋ ਮਸਤੂਰਾਤ ਕੇ ਗੁਜ਼ਾਰੇ ਕੇ ਤੁਸੀਂ ਵੀ ਜਾ ਔਰ ਜਨਾਬ ਸਜਦਾ ਦੇ ਨਾਲ ਮਨਸੂਬ ਜਿਹੜੀ ਸ਼ੈ ਵੀ ਹੈ ਉੱਥੇ ਇਮਾਮ ਰੋਮਾਨਾ ਵੀ ਤਸ਼ੀਫ ਲਿਆ ਹੁਣ ਥੱਲੇ ਬੇਸਮੈਂਟ ਹੁਣ ਜਿਹੜੀਆਂ ਸੰਸਾ ਮਜਾਲਤ ਹੋਈਆਂ ਨੇ ਤੁਸੀਂ ਵੀ ਗਏ ਹੋ ਤੁਸੀਂ ਵੀ ਗਏ ਹੋ ਤਿਲਾੜਾ ਸਾਹਿਬ ਨੇ ਪੜ੍ਹੀ ਔਰ ਅਲੀ ਰਜ਼ਾਵਾਂ ਪੜ੍ਹੀ ਹੈ ਮਲਕ ਅਲੀ ਰਜ਼ਾਵਾਂ ਵੀ ਮੈਂ ਜਸ ਪੜ੍ਹੀ ਹੈ ਹੋਰ ਵੀ ਮੈਂ ਵੀ ਪੜ੍ਹੀ ਹੈ ਖਮਸਾ ਹੋਇਆ ਪਿੱਛੇ ਉਹ ਬੇਸਮੈਂਟ ਦੇ ਵਿੱਚ ਥੱਲੇ ਬੇਸਮੈਂਟ ਹੈ ਵੀ ਪਾਗ ਦਾ ਰੋਜ਼ਾ ਉੱਤੇ ਥੱਲੇ 90x90 ਬੇਸਮੈਂਟ ਹੈ ਉਹਦੇ ਵਿੱਚ ਜਨਾਬ ਫਿਜ਼ਾ ਦਾ ਮੈਂ ਰੋਜ਼ਾ ਤਾਮੀਰ ਕਰ ਰਿਹਾ ਕਿਉਂਕਿ ਮਲਕਾ ਦੇ ਨਾਲ ਕਨੀਜ਼ ਦਾ ਹੋਣਾ ਕਿਉਂਕਿ ਫਿਜ਼ਾ ਕਿਸੇ ਵਕਤ ਵੀ ਸਿੰਘਾਂ ਦਾ ਸਾਥ ਮੇਰਾ ਕੰਮ ਆਈ ਬਣਾ ਦੇਣਾ ਮੈਂ ਅਲਹਮਦੁਲਿਲਾ ਮੈਂ ਰਸੂਲ ਦੀ ਤੌਫੀਕ ਦਿੱਤੀ ਜ਼ਿਆਰਤ ਤੁਹਾਡੇ ਜ਼ਿੰਮੇ ਇਹ ਦੁਨੀਆ ਤੇ ਚੱਲਦੀ ਰਹੇ ਇਹ ਅਗਲੇ ਵੀ ਲੱਗੇ ਰਹੇ ਅਸੀਂ ਵੀ ਲੱਗੇ ਰਹੇ ਹਾਂ ਫਿਰ ਅਸੀਂ ਚਲੇ ਜਾਵਾਂਗੇ ਫਿਰ ਪਿੱਛੇ ਲੱਗੇ ਰਹੇ ਸਾਥ ਨਹੀਂ ਛੋੜਿਆ ਹਾਂ ਫਿਰ ਨੌਕਰ ਕਨੀਨਾ ਛੁੱਟੀ ਤੇ ਵੀ ਜਾਂਦੀਆਂ ਆਈਏ ਆਏ ਫਿਰ ਛੁੱਟੀ ਨਹੀਂ ਰੁਖਸਤ ਨਹੀਂ ਇੱਕ ਦਿਨ ਵੇਖੋ ਨਾ ਪਾਕ ਨਬੀ ਪਾਕ ਅਲੀ ਪਾਕ ਬਤੂਲ ਪਾਕ ਹਸਨ ਪਾਕ ਹੁਸੈਨ ਪਾਕ ਜ਼ੈਨਾਬਦੀਨ ਪਾਕ ਮੁਹੰਮਦ ਪਾਕ ਹੈ ਅੰਦਾਜ਼ਾ ਲਾਓ ਨਾ ਕਿੱਥੋਂ ਡੁਰੀ ਕਿੱਥੋਂ ਤਾਈ ਗਈ ਕਸਮ ਪੈਦਾ ਕਰਨ ਵਾਲੇ ਦੀ ਇਹ ਸਾਰੀ ਤਵੀਲ ਤਰੀਨ ਜ਼ਿੰਦਗੀ ਜਿਹੜੀ ਸਦੀ ਦੇ ਕਰੀਬ ਹੈ ਜਨਾਬ ਫਿਰਜ਼ਾ ਇੱਕ ਦਿਨ ਸਜਦਾ ਨਹੀਂ ਆਖਿਆ ਵਾ ਮੈਨੂੰ ਕੋਈ ਜਿਉ ਯਾ ਮੈਂ ਘਰ ਜਾਣਾ ਮੈਂ ਬੱਚਿਆਂ ਤੋਂ ਤਾਂ ਮੈਂ ਕਿਹਾ ਜਨਾਬ ਫਿਰਜ਼ਾ ਦਾ ਰੋਜ਼ਾ ਵੀ ਬਣ ਜਾਏ ਦੁਆ ਕਰੋ ਅੱਲਾ ਮੇਰੀ ਇਤਨੀ ਸਿਹਤ ਤਾਕਤ ਦੇ ਮੁਕੰਮਲ ਹੋ ਜਾਏ ਕੋਈ ਕੰਮ ਕਰਨਾ ਚਾਹੇ ਤੇ ਗੈਬਾਨਾ ਕਰ ਸਕਦਾ ਹੈ ਮੈਂ ਇਸ ਨੂੰ ਅੱਛਾ ਨਹੀਂ ਸੁਣਿਆ ਕਰੋੜ ਸਰਵੇ ਕਰੋੜ ਸਲਾਮ ਜਨਾਬ ਫਿਜ਼ਾ ਤੇਰੀ ਅਜ਼ਮਤ ਹੈ ਕੋਈ ਸੈਯਦ ਤੇ ਕੋਈ ਸੈਯਦਜ਼ਾਦੀ ਉਸ ਵਕਤ ਤੱਕ ਜੰਨਤ ਨਹੀਂ ਜਾ ਸਕਦੇ ਜਨਾਬ ਫਿਜ਼ਾ ਜਦ ਤੱਕ ਫਿਰੋ ਤੇਰਾ ਇਤਰਾਮ ਨਾ ਕਰੇ
ਹੁਣ ਕੋਈ ਸਾਹਿਬ ਮੈਨੂੰ ਪੁੱਛੋ, ਕੋਈ ਸਾਹਿਬ ਪੁੱਛ ਲਓ, ਵਰਤੋਂ ਆ ਗਿਆ ਕਰੀਜ਼ ਹੀ ਆਈ, ਨਬੀਜ਼ਾਦੀ ਵੀ ਨਹੀਂ, ਇਮਾਮਜ਼ਾਦੀ ਵੀ ਨਹੀਂ, ਅਤੇ ਤੂੰ ਐਡਾ ਵੱਡਾ ਖਿਰਾਜੀ ਅਕੀਦਤ ਪੇਸ਼ ਕਰ ਰਿਹਾ ਜਨਾਬ ਫਿਜ਼ਲਾ, ਇਹਦੀ ਕੋਈ ਦਲੀਲ ਪੇਸ਼ ਕਰ। ਤੋ ਮੈਂ ਇੱਕ ਜੁਮਲਾ ਮੈਂ ਆਖਾਂਗਾ, ਅਗਲਾ ਜੁਮਲਾ ਇਤਨਾ ਆਸਾਨ ਹੈ ਕਿ ਤੁਸੀਂ ਨਾ ਬੋਲੋ ਤੁਸੀਂ ਤੁਹਾਡੀ ਮਰਜ਼ੀ, ਵਰਨਾ ਬੇਸ਼ੱਕ ਦਾ ਜੁਮਲਾ ਨਿਕਲ ਆਵੇਗਾ। ਔਰ ਇਹ ਫਸਾ ਤੋਂ ਬਲਾਗਤ ਦਾ ਸਭ ਤੋਂ ਅੱਛਾ ਕਰੀਨਾ ਹੈ ਕਿ ਇੱਕ ਜੁਮਲਾ ਮੈਂ ਬੋਲਾਂਗਾ, ਅਗਲਾ ਜੁਮਲਾ ਤੁਸੀਂ ਬੋਲੋਗੇ। ਮੈਂ ਬਾਰ ਬਾਰ ਕਿਉਂ ਬਿਆਨਾ ਜਨਾਬ ਫਿਜ਼ਲਾ ਤੇਰੇ ਤੇ ਕਰੋੜਾਂ ਸਲਾਮ, ਇਸ ਵਾਸਤੇ ਕਿ ਮਾਂ ਦੇ ਨਾਲ ਵੀ ਦਰਬਾਰ ਗਈ, ਮਾਂ ਪਟੀਆਂ ਵੱਲ ਨਹੀਂ ਰਹੀ, ਧੀ ਦਾ ਪਰਦਾ ਬਣਾ ਨੌ ਘੰਟੇ ਖਲੋਤੀਆਂ ਨੇ ਅਲੀ ਪਾਤਸ਼ਾਹ, ਨੌ ਘੰਟੇ ਖਲੋਤੀ ਹੈ ਜਨਾਬ ਫਿਜ਼ਾ, ਮਗਰ ਫਰਕ ਪੜਾ ਹੈ ਜਨਾਬ ਫਿਜ਼ਾ ਅੱਗੇ ਖਲੋਤੀ ਰਹੀ, ਪਾਕ ਰਸੂਲ ਦੀਆਂ ਦੀਆਂ ਪਿੱਛੇ ਖਲੋਤੀਆਂ, ਔਰ ਇਸ ਲਫ਼ਜ਼ ਤੇ ਹਾਏ ਕਰ ਦਿਆ ਜੇ ਕਿਸੇ ਹੱਲ ਨਹੀਂ ਵੀ ਆਉਂਦੀ, ਅਲੀ ਤੇ ਨਬੀ ਪਾਤਸ਼ਾਹ ਦੀਆਂ ਧੀਆਂ ਕਦੀ ਸੱਜਾ ਕਦੀ ਖੱਬਾ ਕਦਮ ਚਾ ਕੇ ਸਹੀ ਕੱਢਦੀਆਂ ਰਹੀਆਂ ਨੇ, ਫਿਜ਼ਾ ਨਵਾਂ ਘੰਟਿਆਂ ਚ ਨਾ ਸੱਜਾ ਕਦਮ ਚਾਇਆ। ਇਹ ਹੋ ਸਕਦਾ ਮੈਂ ਸੱਜਾ ਕਦਮ ਚਾਹਾਂ, ਆਲੀਆ ਦਾ ਸੱਜਾ ਕਦਮ ਜ਼ਮੀਨ ਤੇ ਹੋਵੇ, ਇਸ ਦੀ ਨਜ਼ਰ ਨਾ ਪੈ ਜਾਏ। ਲਫ਼ਜ਼ ਮਜਬੂਰ ਹੁੰਦਾ ਹੈ, ਖਤੀਬ ਮਸੀਹ ਇਨਸਾਨ ਆ, ਮਜਬੂਰ ਗੁੱਸਾ ਨਾ ਕੀਤਾ ਕਰੋ, ਕੋਈ ਲਫ਼ਜ਼ਾਂ ਦੀ ਮਜਬੂਰੀ ਹੁੰਦੀ ਹੈ, ਉਹਨਾਂ ਦਾ ਨਹੀਂ ਮੁੜ ਬਦਲ ਕੋਈ ਨਹੀਂ ਹੁੰਦਾ। ਇਹ ਵੇਖੋ ਨਜ਼ਰੇ ਮੌਲਾ ਨੇ ਨਾਰਾਜ਼ ਹੋ ਰਿਹਾ ਨੇ, ਨੌ ਘੰਟੇ ਬਾਅਦ ਅਰੇ ਲਹਨ ਵਾਲਾ ਦਾ ਇਸ਼ਾਰਾ ਕਰਕੇ ਪੁੱਛਦਾ ਹੈ ਕਿੱਥੇ ਖਲੋਤੀ ਹੈ ਅਲੀ ਜਿੰਦੀ, ਤਰੇ ਵਾਰੀ ਸੱਜਾ ਮੂੰਹ ਦੇ ਬਾਹਰ ਜਣੇ ਤੇ ਤਰੇ ਵਾਰੀ ਬਿਠੇ ਤੇ ਬੇਸਾਖਤਾ ਮੂੰਹ ਚੋਂ ਨਿਕਲਿਆ ਬਾਬਾ ਸੌਖੇ ਕੰਮ ਆਪ ਕਰ ਗਏ, ਔਖੇ ਮੇਰੇ ਜ਼ੁਲਮੇ ਲਾ ਗਏ। ਇਹ ਜ਼ੈਫਾ ਦੇ ਪਿੱਛੇ ਖੜੀ, ਇਹ ਜ਼ੈਫਾ ਕੌਣ ਹੈ, ਹੈਨੇ ਕਰੀ ਸਰੇ ਦੇ ਮਾਂ ਨੇ, ਔਖੇ ਵੇਲੇ ਤੇ ਆਪਣੇ ਛੋੜਿਆ, ਅਖੇ ਇਸ ਨਹੀਂ ਛੋੜਿਆ, ਅਖੇ ਜਾਨਾ ਕੋ ਮੇਰਾ ਹੁਕਮ ਹੈ ਪਿੱਛੇ, ਮੇਰੇ ਬਸ ਵਿੱਚ ਕਾਇਨਾਤ ਹੋਵੇ ਜਨਾਬ ਫਿਜ਼ਾ ਮੈਂ ਤੇਰੇ ਜੁਮਲੇ ਤੋਂ ਕੁਰਬਾਨ ਕਰਦੇ ਹਾਂ, ਜਿਸੇ ਹਾਕਮ ਆ ਗਿਆ ਨਾ ਜ਼ੈਫਾ ਮੇਰੇ ਹਾਕਮ ਦਾ ਹੁਕਮ ਹੈ ਪਿੱਛੇ, ਸਰ ਜਾ ਕੇ ਆਉਂਦੀ ਹੈ ਦੁਬਾਰਾ ਬਕਵਾਸ ਨਾ ਕਰੀ, ਮੈਂ ਹਾਕਮ ਹੈ ਵਕਤ ਦੀ ਕਾਇਲ ਨਹੀਂ, ਮੈਂ ਸਾਹਿਬ ਅਮਰ ਦੀ ਕਾਇਲ, ਸ਼ਿਮਰਾਨਾ ਤੇ ਮੈਂ ਜ਼ੁਲਮ ਕਰਸਾਂ, ਚੱਲ ਤੂੰ ਆਪਣਾ ਜ਼ੁਲਮ ਅਜ਼ਮਾ, ਮੈਂ ਆਪਣੀ ਮੁਹੱਬਤ ਕਰਾਂ। ਅੱਸੀ ਸਾਲ ਦੀ ਲਾਈਫ, 72 ਦੀ ਮੌਤ ਦੀ ਮਾਰੀ, 1400 ਮੀਲ ਦੀ ਰੁਲੀ, ਸ਼ੀਆਂ ਸੁਨੀਆਂ ਉਹ ਜਿਨ੍ਹਾਂ ਦਾ ਮਾਣ ਆਈ ਉਹ ਮਾਰੇ, ਜਿਨ੍ਹਾਂ ਨਾਲ ਦੀਆਂ ਜੀਆਂ ਦਾ ਹਯਾ ਨਾਈ, ਫਿਜ਼ਾ ਦਾ ਕਿਹੜਾ ਹਯਾ, ਸਿਪਾਹੀ ਫਿਜ਼ਾ ਦੀਆਂ ਭੱਜਿਆਂ ਤਾਂ ਤੇ ਤਾਲੀਆਂ ਨੇ ਮਾਰਨੇ ਸ਼ੁਰੂ ਕੀਤੇ, ਨਾ ਹਟੀਏ ਨਾ ਜਣੀ ਆਸਮਾਨ ਵੱਲ ਮੂੰਹ ਕਰਕੇ ਆ ਜੀ, ਉਹ ਮੇਰਾ ਸਮੀ ਉਹਨਾਂ ਲਈ ਮੱਲਾ, ਇਹ ਉਹ ਹੱਥ ਨੇ ਜਿਨ੍ਹਾਂ ਨਾਲ ਮੈਂ ਹੁਸੈਨ ਖਿੜੇ ਜੀ, ਮਿੰਨਤਾ ਕਰਦੇ ਮੈਂ ਖਲੋਤੀ ਜ਼ੈਨਬ ਦਾ ਪਰਦਾ, ਹਾਏ ਹਾਏ
ਜ਼ੁਲਮ ਹੱਦ ਤੋਂ ਵਧਿਆ, ਇਤਨਾ ਜ਼ੁਲਮ ਵਧਿਆ ਜੋ ਫਿਜ਼ਾ ਦੀਆਂ ਵਧਿਆ ਆ ਤਾਂ ਜੋ ਖੂਨ ਦੇ ਕਤਰੇ ਜ਼ਮੀਨ ਤੇ ਗਿਰੇ। ਹਾਏ ਹਾਏ ਕੰਡ ਪਿੱਛੋਂ ਆਵਾਜ਼ ਆਈ, ਅੰਮਾ ਰੱਸੀ ਜੋ ਗਰਦਨ ਫੇਰ ਕੇ ਆ ਜੀਏ ਆਇਸਤਾ ਬੋਲ ਕੇ ਲੋਕ ਸ਼ਰਾਬ ਨਾਲੇ ਮਾਸ ਦੇਣੀ ਚੁੱਪ ਕਰਨਾ ਮਸਲੇ ਜਨਾਬ ਫਿਜ਼ਾ ਚਿਹਰੇ ਤੋਂ ਵਾਲ ਹਟਾ ਸੱਤਰ ਕਦਮ ਤੇ ਹਮਜੀ ਜਰਨਾਇਲ ਸ਼ਹੀਦ ਖੜਾ ਉਹਦੇ ਪਾਸ ਵੇਖਿਆ ਨੀ ਉਹ ਸ਼ਹੀਦ ਗੈਰਤ ਗਿਣ ਗਏ ਸ਼ਹੀਦਾਂ ਦਾ ਕਿਉਂ ਛੋੜੀ ਅਲੀ ਦੀਆਂ ਧੀਆਂ ਰੋ ਗਿਆ ਦੀ ਇਹ ਦੱਸਣ ਤੇ ਦਿਲ ਨਾਈ ਮੇਰੀ ਕੰਡ ਪਿੱਛੇ ਜ਼ੈਨਬ ਖਲੋਤੀ ਬਾਗੀ ਨਹੀਂ ਹੁਸੈਨ ਮਾਰਿਆ ਗਿਆ ਸਹੀ ਤਲਵਾਰ ਕਰਕੇ ਇਸ਼ਾਰਾ ਕੀਤਾ ਹੈ ਹਬਸ਼ੀਆਂ ਤਲਵਾਰਾਂ ਕੜ ਲਈ ਸਹੀ ਅੱਗੇ ਵੱਧ ਗਿਆ ਹੁਣ ਨਾ ਮਾਰੀ ਬੇਵਾਰਸ ਨਹੀਂ ਹੁਣ ਨਾ ਮਾਰੀ ਬੇਵਾਰਸ ਨਹੀਂ ਸਿਪਾਹੀ ਡਰ ਕੇ ਪਿੱਛੇ ਅੱਡੀ ਆਏ ਸਕੀਨਾ ਦੌੜ ਕੇ ਉੱਥੇ ਗਈ ਹੈ ਜਿੱਥੇ ਚੱਜ ਅਪਾਰ ਦਾ ਸਰ ਪਿਆ ਇੰਜ ਮੂੰਹ ਦੇ ਮੂਹਰ ਅੱਗੇ ਆਉਂਦੀ ਹੁਣ ਰਾਜ਼ੀ ਹੈ